ਅੱਜ ਕੱਲ ਤੇ ਕਈ ਮੌਲਵੀ ਐਡੇ ਉਤਰੇ ਨੇ ਉਹਨਾਂ ਦੇ ਨਾਲ ਲਕਬ ਨਾ ਲਾਈਏ ਤੇ ਕਹਿੰਦੇ ਨੇ ਇੱਕ ਮੌਲਵੀ ਦਾ ਨਾ ਇੱਕ ਵਾਰੀ ਐਲਾਨ ਹੋਇਆ ਕਿਸੇ ਵਕਤ 'ਚ ਨਾ ਉਸ ਮੌਲਾਨਾ ਸਾਹਿਬ ਨੂੰ ਨਾ ਸ਼ੇਰੇ ਪਾਕਿਸਤਾਨ ਲੋਕ ਕਹਿੰਦੇ ਸਨ ਮੌਲੀ ਸਾਹਿਬ ਸਿੰਧ ਗਏ ਤੇ ਕਿਸੇ ਨੇ ਆਖਿਆ ਸ਼ੇਰੇ ਪੰਜਾਬ ਆਇਆ ਤੇ ਮੌਲੀ ਸਾਹਿਬ ਫਰਮਾਉਂਦੇ ਨੇ ਇਸ ਬੇਵਕੂਫ ਨੂੰ ਕੰਨਾਂ ਤੋਂ ਫੜ ਕੇ ਬਾਹਰ ਛੱਡੋ ਇਸ ਵਾਸਤੇ ਕਿ ਇਹਦੇ ਨਾਲੋਂ ਮੇਰੇ ਤਿੰਨ ਸੂਬੇ ਹੀ ਲਾਸ਼ ਹੈ ਉਸ ਅੱਗਿਆ ਉਹ ਇਸ ਬੇਵਕੂਫ ਨੂੰ ਫੜ ਕੇ ਲਾ ਛੱਡੋ ਉਹ ਇਸ ਬੇਵਕੂਫ ਨੂੰ ਮੈਂ ਕਹੋ ਫੜ ਕੇ ਪਰਾਂ ਕਰ ਛੱਡੋ ਇਸ ਬੇਵਕੂਫ ਨੇ ਮੇਰੇ ਨਾਲੋਂ ਤਿੰਨ ਸੂਬੇ ਹੀ ਲਾ ਛੱਡੇ ਦੁਆ ਕਰੋ ਅੱਲਾ ਉਸ ਮੌਲਾਨਾ ਸਾਹਿਬ ਦੀ ਜ਼ਿੰਦਗੀ ਦਰਾਜ਼ ਕਰੇ ਮੈਂ ਜਿਹੜੀ ਗੱਲ ਤੁਹਾਨੂੰ ਸੁਣਾਉਣਾ ਚਾਹੁੰਦਾ ਮੇਰੇ ਦੋਸਤੋ ਸੁਣੋ ਤੁਹਾਨੂੰ ਜੋ ਫਰਮਾਇਆ ਜੀ ਕਿਆ ਬਾਤਾਂ ਨੇ ਜਿਨ ਕੋਈ ਆਸੀ ਲਕਬ ਸੇ ਪੁਕਾਰਾ ਗਿਆ ਉਨ ਕਿਸੀ ਨੇ ਬੇਕੁਰਾ ਉਤਾਰਾ ਗਿਆ ਜਿਨ ਕੋਈ ਆਸੀ ਲਕਬ ਸੇ ਪੁਕਾਰਾ ਗਿਆ ਕਿਉਂ ਮੁਕੱਦਰ ਤੇ ਨਾਜ਼ਾ ਨਾ ਹੋ ਸਾਦੀਆ ਕਿਉਂ ਮੁਕੱਦਰ ਪੇ ਨਾਜ਼ਾ ਨਾ ਹੋ ਸਾਦੀਆ ਕਿਉਂ ਮੁਕੱਦਰ ਪੇ ਨਾਜ਼ਾ ਨਾ ਹੋ ਸਾਦੀਆ ਜਿਸ ਕੋ ਮਿਲ ਦੋ ਜਹਾਂ ਕਾ ਪਿਆਰਾ ਗਿਆ ਜਿਨ ਕੋ ਆਸੀ ਲਕਬ ਸੇ ਪੁਕਾਰਾ ਗਿਆ ਨਾਤ ਪੜਤਾ ਹੈ ਜੋ ਬਦਰ ਮੁਨੀਰ ਕੀ ਨਾਤ ਪੜਤਾ ਹੈ ਜੋ ਬਦਰ ਮੁਨੀਰ ਕੀ ਨਾਤ ਪੜਤਾ ਹੈ ਜੋ ਬਦਰ ਮੁਨੀਰ ਕੀ ਉਸ ਕੋ ਮਿਲ ਜੰਨਤ ਕਾ ਨਜ਼ਾਰਾ ਗਿਆ ਜਿਨ ਕੋ ਆਸੀ ਲਕਬ ਸੇ ਪੁਕਾਰਾ ਗਿਆ ਤੇ ਗੱਲ ਸੁਣ ਵਾਲੀ ਜੇ ਆਜ ਕੀ ਰਾਤ ਕਾ ਅਜਬ ਹੈ ਸਮਾਂ ਹਾਫਿਜ਼ ਮੁਹੰਮਦ ਅਕਬਰ ਹਸਨ ਸਾਹਿਬ ਸੁਣਨ ਵਾਲੀ ਬਾਤ ਜੇ ਆਜ ਕੀ ਰਾਤ ਕਾ ਅਜਬ ਹੈ ਸਮਾਂ ਆਜ ਕੀ ਰਾਤ ਕਾ ਅਜਬ ਹੈ ਸਮਾਂ ਨਾਤ ਸੁਣ ਕੇ ਤੜਪ ਨਾਤ ਸੁਣ ਕੇ ਤੜਪ ਨਾਤ ਸੁਣ ਕੇ ਤੜਪ ਯੇ ਮਜਮਾ ਸਾਰਾ ਗਿਆ ਜਿਨ ਕੋ ਆਸੀ ਲਕਬ ਸੇ ਪੁਕਾਰਾ ਗਿਆ ਤੇ ਮੈਂ ਸਦਕੇ ਜਾਵਾਂ ਅਲਾਮਾ ਮੁਹੰਮਦ ਇਬਰਾਹਿਮ ਖਾਦਮ ਕਸੂਰੀ ਅੱਲਾ ਜੰਨਤ ਦੇ ਇਸ ਮੁਖੜੇ ਨੂਰਾਨੀ ਦਾ ਜਵਾਬ ਕੋਈ ਨਾ ਹਾਂ ਗੱਲ ਸੁਣੋ ਏ ਗੱਲ ਸੁਣੋ ਮੌਲਵੀ ਹੋ ਤੁਸੀਂ ਸਾਰੇ ਬੜੇ ਵੱਡੇ ਖਤੀਬ ਹੋ ਜਿੰਨੇ ਵੀ ਸਟੇਜ ਤੇ ਬੈਠੇ ਹੋ ਤੁਸੀਂ ਮੇਰੇ ਤੋਂ ਸਾਰੇ ਵੱਧ ਤੇ ਪਿਆਰੇ ਤੇ ਅਜ਼ੀਮ ਤੇ ਬਿਹਤਰੀਨ ਹੋਰ ਵੀ ਜਿਹੜੇ ਆ ਵੱਡੇ ਵੱਡੇ ਮੌਲਵੀ ਨੇ ਸਾਰੇ ਮੌਲਵੀ ਪਾ ਕੇ ਮੈਂ ਤੁਹਾਨੂੰ ਅਲਾਮਾ ਸਾਹਿਬ ਦੀ ਗੱਲ ਸੁਣਾਵਾਂ ਮੈਂ ਉਹਨਾਂ ਦੀ ਤਕਰੀਰ ਦੀ ਗੱਲ ਨਹੀਂ ਕਰਨ ਲੱਗਾ ਉਹਨਾਂ ਦੇ ਇਸ਼ਾਰੇ ਨਾਲ ਤੁਹਾਡਾ ਇਸ਼ਾਰੇ ਹੀ ਨਹੀਂ ਰਲ ਸਕਦੇ ਜੋ ਅਲਾਮਾ ਸਾਹਿਬ ਨੇ ਕੁਰਾਨ ਪੜ੍ਹਨਾ ਵਜ਼ੂ ਖੁਦਾ ਦੀ ਦੁਆ ਕਰੋ ਅਲਾਮਾ ਮੁਹੰਮਦ ਇਬਰਾਹਿਮ ਖਾਦਮ ਕਸੂਰੀ ਰਹਿਮਤੁਲਾ ਅਲੈਹ ਨੂੰ ਅੱਲਾ ਜੰਨਤ ਅਤਾ ਫਰਮਾ ਖਤੀਬ ਇਸਲਾਮ ਮੌਲਾਨਾ ਮੁਹੰਮਦ ਸ਼ਰੀਫ ਸਾਹਿਬ ਇਲਾਹਾਬਾਦੀ ਨੂੰ ਅੱਲਾ ਜੰਨਤ ਅਤਾ ਫਰਮਾ ਮੈਨੂੰ ਇੱਕ ਦਿਨ ਕਹਿਣ ਲੱਗੇ ਮੈਂ ਸ਼ੇਰ ਪੜਿਆ ਲਗਾਤਾ ਥਾ ਤੂੰ ਜਬ ਨਾਰਾ ਤੋ ਖੈਬਰ ਤੋੜ ਦੇਤਾ ਥਾ ਸਮੁੰਦਰ ਪੇ ਜਬ ਜਾਤਾ ਥਾ ਤੋ ਰਸਤਾ ਛੋੜ ਦੇਤਾ ਥਾ
ਐ ਮੈਂ ਸ਼ੇਰ ਪੜਿਆ, ਮੇਰੇ ਬਾਅਦ ਮੌਲਾਨਾ ਸ਼ਰੀਫ ਸਾਹਿਬ ਦਾ ਬਿਆਨ ਸੀ, ਫਰਮਾਉਂਦੇ ਨੇ ਐ ਮੌਲਾਨਾ ਮਨਜ਼ੂਰ ਸਾਹਿਬ ਸ਼ੇਰ ਪੜ ਰਿਹਾ ਸਨ, ਸਹਾਬਾ ਨੂੰ ਸਮੁੰਦਰ ਵੀ ਰਾਹ ਦੇ ਦਿੰਦਾ ਸੀ, ਅਸੀਂ ਹਾਰਨ ਮਾਰ ਮਾਰ ਮਰ ਜਾਂਦੇ ਹਾਂ, ਸਾਨੂੰ ਕੁੱਤੀ ਰਾਹ ਨਹੀਂ। ਖੁਦਾ ਦੀ ਕਸਮ ਮੌਲਾਨਾ ਸ਼ਰੀਫ ਕਿੱਡਾ ਸਾਦਾ ਬੰਦਾ। ਆਹੋ ਫਿਰ ਅੱਗੇ ਸੁਣੋ ਨਾ, ਮੌਲਾਨਾ ਸ਼ਰੀਫ ਮੌਲਾਨਾ ਖਾਦਮ ਕਸੂਰੀ ਸਾਹਿਬ ਰਹਿਮਤੁਲਾ ਅਲੈ ਜਦੋਂ ਜਨਾਬ ਪੜ੍ਹਨਾ, ਮੈਂ ਤੁਹਾਨੂੰ ਪਹਿਲਾਂ ਸਾਰੀ ਗੱਲ ਸੁਣਾ। ਇਸ ਮੁਖੜੇ ਨੂਰਾਨੀ ਦਾ ਜਵਾਬ ਕੋਈ ਨਾ, ਇਹਨੂੰ ਤੱਕਣ ਦੀ ਚੰਨ ਵਿੱਚ ਤਾਬ ਕੋਈ ਨਾ, ਇੰਜ ਜਾਪਦਾ ਏ ਖੈਰੁਲ ਅਨਾਮ ਸੋਹਣਿਆ, ਕਰਾਂ ਤੇਰੇ ਉੱਤੋਂ ਜਿੰਦ ਕੁਰਬਾਨ ਸੋਹਣਿਆ। ਅੱਜ ਕਿਸਮਤ ਟੋਰ ਕੇ ਲਿਆਈ ਤੇਰੇ ਕੋਲ, ਮੇਰੇ ਸੋਹਣਿਆ ਤੂੰ ਮੇਰੇ ਨਾਲ ਹੱਸ ਕੇ ਤੇ ਬੋਲ, ਹੋ ਗਈ ਏ ਮੈਨੂੰ ਤੇਰੀ ਪਹਿਚਾਣ ਸੋਹਣਿਆ, ਕਰਾਂ ਤੇਰੇ ਉੱਤੋਂ ਜਿੰਦ ਕੁਰਬਾਨ ਸੋਹਣਿਆ। ਜਦੋਂ ਸ਼ੇਰ ਸੁਣਾਉਣ ਨਾ ਜਦੋਂ ਡਾਚੀ ਵਾਲੇ, ਕਸਮੇ ਕਮਾਲ ਤਾਈਓ ਇੰਨੀ ਤੇਜ਼ ਡਾਚੀ ਨੂੰ ਦੌੜਾਈ ਜਾਨੀ ਆ, ਜਿਹਦੀ ਕੋਈ ਨਾ ਮਿਸਾਲ ਬੇਮਿਸਾਲ ਲੱਭਿਆ। ਸੁਭਾਨ ਅੱਲਾਹ ਤੇ ਆਖੋ, ਜਿਹਦੀ ਕੋਈ ਨਾ ਮਿਸਾਲ, ਜਿਹਦੀ ਕੋਈ ਨਾ, ਤੈਨੂੰ ਮਾਰਨਾ ਮੈਂ ਉਹ ਖਲੋ ਜਾ, ਜਿਹਦੀ ਕੋਈ ਨਾ ਮਿਸਾਲ ਬੇਮਿਸਾਲ ਲੱਭਿਆ, ਮੈਨੂੰ ਆਮਨਾ ਦੀ ਗੋਦੀ ਵਿੱਚੋਂ ਲਾਲ ਲੱਭਿਆ, ਉਸ ਲਾਲ ਨੂੰ ਮੈਂ ਡਾਚੀ ਤੇ ਬਿਠਾਈ ਜਾਨੀ ਆ, ਤਾਈਓ ਇੰਨੀ ਤੇਜ਼ ਡਾਚੀ ਨੂੰ ਦੁੜਾਈ ਜਾਨੀ ਆ। ਰੋਜ਼ ਰੋਜ਼ ਵਾਲਾ ਮਾਵਾਂ ਦੇ ਘਰ ਖਾਦਮ ਕਸੂਰੀ ਪੈਦਾ ਹੁੰਦੇ ਨਾ, ਦੁਆ ਕਰੋ ਅੱਲਾ ਅਲਾਮਾ ਸਾਹਿਬ ਨੂੰ ਜਿੰਦੇ ਤਦਾ ਫਰਮਾਏ। ਮੈਂ ਤੁਹਾਨੂੰ ਗੱਲ ਸੁਣਾਵਾਂ ਇੱਕ ਤੇ ਖੁਸ਼ੀ ਨਾਲ ਸੁਣਾਵਾਂ, ਖੁਸ਼ੀ ਨਾਲ। ਮੈਂ ਉਹਨਾਂ ਦੇ ਕੋਲ ਬੈਠਾ ਸਾਂ, ਤਕਰੀਰ ਕਰ ਰਹੇ ਸਨ ਕਿਸੇ ਜਗ੍ਹਾ ਤੇ, ਕਹਿਣ ਲੱਗੇ ਉੱਥੇ ਪਹੁੰਚ, ਮੇਰੇ ਕੋਲੋਂ ਪਹੁੰਚਿਆ ਨਾ ਗਿਆ ਤੇ ਮੈਂ ਜ਼ਰਾ ਸੁਸਤੀ ਕਰ ਗਿਆ, ਮੈਨੂੰ ਹੁਣ ਗੁੱਸਾ ਉਹਨਾਂ ਨੂੰ ਬੜਾ ਸੀ ਮੇਰੇ ਤੇ। ਹੁਣ ਪਤਾ ਕੀ ਕਹਿੰਦੇ ਨੇ, ਮੇਰੇ ਨਾਲ ਬੈਠੇ ਸਨ ਤੇ ਸ਼ੇਰ ਪੇ ਪੜਨ, ਕਹਿੰਦੇ ਨੇ ਆ ਮਨਜ਼ੂਰ ਬੈਠਾ ਹੈ, ਇੰਜ ਕਰਕੇ ਆ ਮਨਜ਼ੂਰ ਬੈਠਾ ਹੈ, ਇਹ ਮੇਰੇ ਸ਼ੇਰ ਪੜਦਾ, ਤੇ ਨਾਲ ਹੀ ਕਹਿੰਦੇ ਨੇ ਬੜੇ ਵਧੀਆ ਪੜਦਾ, ਕਦੀ ਕਦੀ ਚਵਲ ਮਾਰ ਜਾਂਦਾ। ਪੀਟੂ ਇਹਦਾ ਹਾਸਾ ਆਇਆ, ਮੈਨੂੰ ਇੰਨਾ ਹਾਸਾ ਆਇਆ, ਮੈਨੂੰ ਇੱਕ ਬੰਦਾ ਕਹਿੰਦਾ ਅਲਾਮਾ ਸਾਹਿਬ ਨੇ ਤੁਹਾਨੂੰ ਇੰਜ ਇੰਜ ਆਖਿਆ ਤੇ ਤੁਸੀਂ ਗੁੱਸਾ ਨਹੀਂ ਕੀਤਾ। ਮੈਂ ਕਿਹਾ ਉਹ ਅਲਾਮਾ ਸਾਹਿਬ ਵੱਡੇ ਨੇ, ਵੱਡੇ ਭਾਈ ਨੇ, ਕਦੀ ਕਹਿੰਦੇ ਨਾ ਇੱਥੇ ਸਾਹਮਣੇ ਮੇਰੇ ਕੰਨ ਫੜ, ਮਨਜ਼ੂਰ ਨੇ ਕੰਨ ਫੜ ਲੈ। ਦੁਆ ਕਰੋ ਪਾਕਿਸਤਾਨ ਬੋਲਣ ਮਨਜ਼ੂਰ ਮਸਾ, ਜਰਨੈਲ ਅਲੇ ਹਦੀਸ ਬੋਲਣ ਮਨਜ਼ੂਰ ਮਸਾ। ਇਸ ਵਾਸਤੇ ਦੋਸਤੋ ਗੱਲ ਸੁਣਿਆ ਜੇ ਜ਼ਰਾ ਕਿਤੇ ਗੱਲ ਰਹਿ ਨਾ ਜਾਏ, ਮੈਂ ਤੁਹਾਨੂੰ ਉਹ ਸ਼ੇਰ ਸੁਣਾਉਣਾ ਚਾਹੁੰਦਾ ਸਾਂ, ਗੱਲ ਰਹਿ ਨਾ ਜਾਏ। ਵਰਾ ਫਾਨਾ ਲਕਾ ਜ਼ਿਕਰ ਸਾਨੂੰ ਦੱਸਿਆ ਦੱਸਿਆ, ਆਪ ਸਭ ਬਸ ਕਰ ਦਿਓ, ਕਸੂਰੀ ਸਾਹਿਬ ਬਸ ਕਰ ਦੇ ਯਾਰ, ਗੱਲ ਸੁਣੋ ਯਾਰ, ਉਹ ਗੱਲ ਸੁਣੋ, ਉਹ ਜਵਾਨ ਤੇ ਤਕਰੀਰਾਂ ਕਰਦੇ ਹੀ ਕਰਦੇ ਨੇ, ਅੱਜ ਬੁੱਢੇ ਨੂੰ ਕਰ ਲੈਣ ਦਾ।
ਗੱਲ ਸੁਣੋ ਜ਼ਰਾ ਤੂੰ ਜੋ ਫਿਰ ਹਾਫਿਜ਼ ਅਬਦੁੱਲਾ ਸਾਹਿਬ ਸ਼ੇਖੁਪੁਰੀ ਰਹਿਮਤੁੱਲਾਹ ਅਲੈਹ ਦੀਆਂ ਕਿਆ ਬਾਤਾਂ, ਖੁਦਾ ਦੀ ਕਸਮੇ ਉਹ ਕਰੋੜ ਅਬਦੁਲ ਬਾਸਤ ਹੋਵੇ ਇੱਕ ਹਾਫਿਜ਼ ਅਬਦੁੱਲਾ ਸਾਹਿਬ ਨਹੀਂ ਬਣ ਸਕਦੇ, ਔਰ ਡੇਢ ਕਰੋੜ ਅਬਦੁਲ ਰਹਿਮਾਨ ਹੋਵੇ ਇੱਕ ਹਾਫਿਜ਼ ਅਬਦੁੱਲਾ ਸਾਹਿਬ ਨਹੀਂ ਬਣ ਸਕਦੇ, 2.5 ਕਰੋੜ ਅਬਦੁਲ ਕਯੂਮ ਹੋਵੇ ਉਹਨਾਂ ਦਾ ਤੀਜਾ ਮੁੰਡਾ ਇੱਕ ਹਾਫਿਜ਼ ਅਬਦੁੱਲਾ ਸਾਹਿਬ ਨਹੀਂ ਬਣ ਸਕਦੇ। ਬੜੀ ਗੱਲ ਕਰਨੀ ਉਹਨਾਂ, ਪਤਾ ਕੀ ਕਹਿਣਾ, ਆ ਮੈਂ ਮੱਝਾਂ ਚਾਰਦਾ ਸਾਂ, ਇੱਕ ਮੱਝ ਬੜਾ ਖਰਾਬ ਕਰਦੀ ਸੀ, ਵਿਧਤਣ ਮੱਝ, ਵਿਧਤਣ ਮੱਝ ਬੜਾ ਖਰਾਬ ਕਰਦੀ ਸੀ, ਤੇ ਮੈਨੂੰ ਕਿੱਲਾ ਮੇਰੇ ਅੱਬੂ ਨੇ ਕਢਾ ਦਿੱਤਾ ਕਿ ਇਹਦੇ ਗਲ ਪਾ ਦੇ, ਮੈਂ ਉਹਦੇ ਗਲ ਕਿੱਲਾ ਪਾ ਦਿੱਤਾ, ਉਹ ਜਦੋਂ ਵੀ ਕਿਤੇ ਲਾਮੇ ਮੂੰਹ ਮਾਰੇ ਅੱਗੋਂ ਕਿੱਲਾ ਕੁੱਟੇ ਪਿੱਛੋਂ ਅਬਦੁੱਲਾ ਕੁੱਟੇ। ਦੁਆ ਕਰੋ ਅੱਲਾਹ ਬਿਦਤ ਤੋਂ ਬਚਾਏ, ਅੱਲਾਹ ਬਿਦਤ ਤੋਂ ਬਚਾਏ, ਅੱਲਾਹ ਸ਼ਿਰਕ ਤੋਂ ਬਚਾਏ। ਤੇ ਗੱਲ ਤੁਹਾਨੂੰ ਜਿਹੜੀ ਸੁਣਾਉਣਾ ਚਾਹਨਾ, ਤਵਜੋ ਫਰਮਾਇਆ ਜੇ, ਮੈਂ ਸਦਕੇ ਜਾਵਾਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਸ਼ਾਨ ਸੁਣੋ, ਸਾਨੂੰ ਦੱਸਿਆ ਜ਼ਮੀਨਾਂ ਆਸਮਾਨਾਂ ਨੇ ਸੋਹਣੇ ਨਬੀ ਦੀਆਂ ਉੱਚੀਆਂ ਸ਼ਾਨਾਂ ਨੇ, ਸਾਡਾ ਪੀਰ ਸਭ ਤੋਂ ਨਿਰਾਲਾ ਏ, ਸੋਹਣਾ ਕਾਲੀ ਕਮਲੀ ਵਾਲਾ ਏ, ਗਵਾਹੀ ਦੇ ਰਹੀਆਂ ਪੰਜ ਅਜ਼ਾਨਾਂ ਨੇ, ਸੋਹਣੇ ਨਬੀ ਦੀਆਂ ਉੱਚੀਆਂ ਸ਼ਾਨਾਂ ਨੇ। ਹਿੰਦੁਸਤਾਨ ਚ ਨਾ ਇੱਕ ਚਵਲ ਜਿਹਾ ਗੁਲੂਕਾਰ ਖੱਚ ਜਿਹਾ ਕਿਤੇ ਗਾ ਗੂ ਕੇ ਆਇਆ, ਤਪਲਾ ਸਰੰਗੀ ਵਾਜਾ ਗਾਜਾ ਢੋਲ ਟਮੱਕਾ ਤੂੜੂੜੂੜੂ ਬੈਂਸਰੀ ਵਜਾ ਕੇ ਆਇਆ, ਅਜ਼ਾਨ ਦੇ ਟਾਈਮ ਵਾਪਸ ਆਇਆ, ਸਾਰੀ ਰਾਤ ਜਨਾਬ ਖੱਚਾ ਮਾਰ ਕੇ ਤੇ ਵਾਪਸ ਆਇਆ ਅਜ਼ਾਨ ਦੇ ਟਾਈਮ, ਇਧਰੋਂ ਅਜ਼ਾਨ ਹੋ ਰਹੀ ਸੀ, ਅੱਲਾਹੁ ਅਕਬਰ ਅੱਲਾਹੁ ਅਕਬਰ। ਪਤਾ ਕੀ ਕਹਿੰਦਾ, ਇਹ ਕਿਆ ਗੁੰਡਾਗਰਦੀ ਹੈ, ਯਹ ਕਿਆ ਗੁੰਡਾਗਰਦੀ ਹੈ, ਜਬ ਹਮਾਰੇ ਸੋਨੇ ਕਾ ਟਾਈਮ ਹੋਤਾ ਹੈ ਮੁਸਲਮਾਨ ਅਜ਼ਾਨੇ ਕਹਿਣੀ ਸ਼ੁਰੂ ਕਰ ਦੇਤੇ ਹੈ, ਲਿਹਾਜ਼ਾ ਅਜ਼ਾਨ ਪੇ ਪਾਬੰਦੀ ਲਗਾਈ ਜਾਏ, ਅਜ਼ਾਨ ਕੋ ਬੰਦ ਕੀਆ ਜਾਏ। ਮੈਂ ਕਿਹਾ ਤੂੰ ਹੈ ਹੁਣ ਹਿੰਦੁਸਤਾਨ, ਜੇ ਕਦੀ ਪਾਕਿਸਤਾਨ ਹੋਵੇ ਤਾਂ ਮੈਂ ਤੇਰੀ ਉਹ ਸ਼ੈ ਬੰਦ ਕਰਾਂਗੇ ਸਾਰੇ ਜਾਣ ਕੋਲੋਂ ਨਸੂਰ ਦੱਲਿਆ। ਮੈਂ ਕਿਹਾ ਐਡਾ ਤੂੰ ਸਲੀਲ ਹੈ, ਤੈਨੂੰ ਬਾਂਗ ਨਹੀਂ ਚੰਗੀ ਲੱਗਦੀ। ਫਿਰ ਉੱਥੇ ਇਮਰਾਨ ਪ੍ਰਤਾਪ ਗੜੀ ਬੋਲਿਆ, ਉਹਨੇ ਕਮਾਲ ਕਰ ਛੜੀ, ਕਹਿੰਦਾ ਕਭੀ ਨਾ ਹੋਗੀ ਬੰਦ ਅਜ਼ਾਨ, ਕਭੀ ਨਾ ਹੋਗੀ ਬੰਦ ਅਜ਼ਾਨ, ਅਜ਼ਾਨ ਕਹਿਣੇ ਵਾਲੇ ਵੀ ਹੈ ਰਾਜ਼ੀ ਰੱਬ ਰਹਿਮਾਨ, ਕਭੀ ਨਾ ਹੋਗੀ ਬੰਦ ਅਜ਼ਾਨ, ਕਭੀ ਨਾ ਹੋਗੀ ਬੰਦ ਅਜ਼ਾਨ।